इस गल विच कोई शक नहीं कि अजकल धियां पढ़ लिख के पूरी दुनिया विच अपने मापिया का नाम रोशन कर रही हैं ते वड्डे वड्डे अहुदे भी धियां ने संभाले हुए आ। पर कई बार कुछ बच्चियां पढ़ाई की इन्नी ज़्यादा टेंशन या स्ट्रैस लै लैंदियां जिस कारण वह कई बार गलत कदम उठा लैंदियां। सो हुण एक ताज़ा घटना अबोर विच वापरी आ जिथे 10वीं विच नंबर घट आए तो एक कुड़ी ने आत्मदाह कर लिया, उसने फाहा लै लिया। तो 10वीं जवाब की एक विद्यार्थन वालों खुदकुशी करन दा मामला सामने आया। पुलिस वालों मौके पर पहुँच के लाश नू हेठा उतारिया गया अते लाश नू पोस्टमार्टम लई सरकारी हस्पताल अबोर दी मोर्चरी च रखवाया। अज सानू थाने तलाह मिली कि एक जम्मू बस्ती किसी 10वीं क्लास की बच्ची ने फाह लै लिया। असं मौके पर जाके पहुँच के बॉडी नू कब्जे च लैके सिविल हस्पताल अबोर दी मोर्चरी च रखवा दिता। बच्ची का नाम अजलीना है और बच्ची दा 10वीं क्लास का रिजल्ट आया सी कल, उस तो परेशान दस्या जा रहा है। बाकी बच्ची के वारसा का जिहड़ा बयान लिख के कार्रवाई की जो कार्रवाई बनती है। ਇੱਥੇ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪੜ੍ਹਦੀ ਅਬੋਰ ਦੀ ਜੰਮੂ ਬਸਤੀ ਵਾਸੀ ਵਿਦਿਆਰਥਣ ਅੰਜਲੀਨਾ ਦੇ ਨੰਬਰ 10ਵੀਂ ਜਮਾਤ ਵਿੱਚ ਘੱਟ ਆਉਣ 'ਤੇ ਉਹ ਪਰੇਸ਼ਾਨ ਸੀ ਅਤੇ ਉਸਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦਾ ਸੁਪਨਾ ਵਿਦੇਸ਼ ਜਾਣਾ ਸੀ। ਜਾਣਕਾਰੀ ਅਨੁਸਾਰ ਅੰਜਲੀਨਾ ਦਿੱਲੀ ਦੇ ਇੱਕ ਮਿਸ਼ਨ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਨੰਬਰ ਘੱਟ ਆਉਣ ਕਰਕੇ ਉਸਨੂੰ ਆਪਣਾ ਵਿਦੇਸ਼ ਜਾਣ ਦਾ ਸੁਪਨਾ ਟੁੱਟਦਾ ਹੋਇਆ ਨਜ਼ਰ ਆਇਆ। ਇਸ ਲਈ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਤਵਾਰ ਨੂੰ ਉਹ ਆਪਣੀ ਮਾਂ ਦੇ ਨਾਲ ਚਰਚ ਵਿੱਚ ਸੀ ਪਰ ਉੱਥੋਂ ਉਹ ਬਹਾਨੇ ਨਾਲ ਘਰ ਆ ਗਈ ਅਤੇ ਉਸਨੇ ਫਾਹਾ ਲੈ ਲਿਆ। ਮ੍ਰਿਤਕਾ ਦੀ ਮਾਂ ਘਰ ਵਾਪਸ ਆਈ ਤਾਂ ਉਸਨੇ ਫਾਹੇ ਨਾਲ ਲੜਕਦੀ ਆਪਣੀ ਬੇਟੀ ਨੂੰ ਵੇਖਿਆ ਅਤੇ ਰੌਲਾ ਪਾਤਾ। ਮ੍ਰਿਤਕਾ ਦੀ ਮਾਂ ਆਂਗਨਵਾੜੀ ਵਰਕਰ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਆ। ਇੱਥੇ ਜ਼ਿਕਰਯੋਗ ਆ ਕਿ ਹਰ ਸਾਲ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਜਦੋਂ ਨਤੀਜੇ ਆਉਂਦੇ ਆ ਤਾਂ ਬੱਚਿਆਂ ਦੇ ਨੰਬਰ ਘੱਟ ਆਉਣ ਕਾਰਨ ਉਹ ਇਸ ਤਰ੍ਹਾਂ ਦੇ ਸਟੈਪ ਉਠਾ ਲੈਂਦੇ ਆ। ਪਰ ਇੱਥੇ ਨਾਲ ਦੀ ਨਾਲ ਵੱਡੇ ਸਵਾਲ ਵੀ ਖੜ੍ਹੇ ਹੋ ਜਾਂਦੇ ਆ ਕਿ ਇਸ ਤਰ੍ਹਾਂ ਦੇ ਸਟੈਪ ਬੱਚੇ ਕਿਉਂ ਉਠਾਉਂਦੇ ਆ, ਕਿਉਂ ਉਹਨਾਂ 'ਤੇ ਇੰਨਾ ਪ੍ਰੈਸ਼ਰ ਪਾਇਆ ਜਾਂਦਾ। ਸੋ ਇੱਥੇ ਇਹ ਗੱਲ ਵੱਲ ਖਾਸ ਧਿਆਨ ਦੇਣ ਦੀ ਲੋੜ ਆ ਮਾਪਿਆਂ ਅਤੇ ਟੀਚਰਾਂ ਨੂੰ ਕਿ ਬੱਚੇ ਪੜ੍ਹਦੇ ਆ, ਚੰਗੀ ਗੱਲ ਆ, ਉਹਨਾਂ ਨੂੰ ਮਨ ਲਾ ਕੇ ਪੜ੍ਹਨਾ ਚਾਹੀਦਾ। ਪਰ ਜੇਕਰ ਅਸੀਂ ਬੱਚਿਆਂ 'ਤੇ ਅਕਸਰ ਨੰਬਰਾਂ ਦਾ ਦਬਾਅ ਪਾਉਂਦੇ ਰਹਿੰਦੇ ਤਾਂ ਇਸ ਕਾਰਨ ਬੱਚੇ ਕਈ ਵਾਰ ਪਰੇਸ਼ਾਨ ਹੋ ਕੇ ਗਲਤ ਸਟੈਪ ਉਠਾ ਲੈਂਦੇ ਆ। ਸੋ ਮਾਪਿਆਂ ਅਤੇ ਖਾਸ ਤੌਰ 'ਤੇ ਟੀਚਰਾਂ ਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ। ਬੱਚੇ ਮਨ ਲਾ ਕੇ ਪੜ੍ਹਨ ਤਾਂ ਬਹੁਤ ਵਧੀਆ ਗੱਲ ਆ, ਪਰ ਉਹਨਾਂ 'ਤੇ ਕਦੇ ਵੀ ਨੰਬਰਾਂ ਦਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ। ਬਾਕੀ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ, ਤੁਸੀਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਹਰ ਰੋਜ਼ ਹੁੰਦੀਆਂ ਇਹਦਾ ਕੀ ਕਾਰਨ ਆ, ਕੌਣ ਜ਼ਿੰਮੇਵਾਰ ਆ। ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਪੇਸ਼ ਕਰਿਓ ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਮਾਪੇ ਅਤੇ ਟੀਚਰ ਆ ਉਹ ਬੱਚਿਆਂ ਵੱਲ ਧਿਆਨ ਦੇ ਸਕਣ ਕਿ ਬੱਚਿਆਂ 'ਤੇ ਕਦੇ ਵੀ ਨੰਬਰਾਂ ਦਾ ਪ੍ਰੈਸ਼ਰ ਨਾ ਪਾਓ, ਇਸ ਕਾਰਨ ਕਈ ਵਾਰ ਵੱਡੀਆਂ ਘਟਨਾਵਾਂ ਹੋ ਜਾਂਦੀਆਂ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।